ਕੁਦਰਤ ਦੇ ਰੰਗ, ਬੱਚੀ ਦੇ ਲੈਟਰੀਨ ਵਾਲਾ ਰਸਤਾ ਹੀ ਹੈ ਨੀ ਜਨਮ ਤੋਂ, ਟੋਇਲਟ ਵਾਲੇ ਰਸਤੇ ਦੇ ਰਾਹੀਂ ਬੱਚੀ, ਸੋਰੀ, ਵਾਸ਼ਰੂਮ ਵਾਲੇ ਰਸਤੇ ਦੇ ਰਾਹੀਂ ਟੋਇਲਟ ਕਰ ਰਹੀ ਹੈ ਬੱਚੀ, ਤੇ ਜਦੋਂ ਕੁਛ ਖਾ ਲੈਂਦੀ ਹੈ ਵੱਧ ਜਾਂ ਕਬਜ਼ੀ ਹੋ ਜਾਂਦੀ ਹੈ, ਪੇਟ ਫੁੱਲ ਜਾਂਦਾ ਮਾਲਸ਼ਾਂ ਕਰ ਕਰਕੇ, ਫਿਰ ਮਾਂ ਬਾਪ ਇਹਦੇ ਪੇਟ ਚੋਂ ਟੋਇਲਟ ਕੱਢਦੇ ਆ। ਪਹਿਲਾਂ ਏਦਾਂ ਹੀ ਸਾਡੇ ਕੋਲ ਇੱਕ ਬੱਚੀ ਸ਼ਬਦਪ੍ਰੀਤ ਆ ਨਿੱਕੀ ਜੀ, ਉਹ ਵੀ ਏਦਾਂ ਹੀ ਸੀ ਉਹਦੀ ਹਾਲਤ, ਉਹਦਾ ਤਾਂ ਆਪਰੇਸ਼ਨ ਹੋ ਗਿਆ ਤੇ ਹੁਣ ਉਹ ਠੀਕ ਆ ਜਮ। ਆਹੋ, ਔਰ ਇਹਦਾ ਵੀ ਹੁਣ ਆਪਰੇਸ਼ਨ ਹੋਊਗਾ ਜੀ, ਅਸੀਂ ਇਹਨੂੰ ਕੱਲ ਨੂੰ ਦਾਖਲ ਕਰਵਾ ਰਹੇ ਹਾਂ CMC ਹਸਪੀਟਲ ਚ। ਦੇਖੋ, ਇੱਕ ਤਾਂ ਗਰੀਬ ਆ ਪਰਿਵਾਰ, ਇੱਕ ਉੱਪਰ ਦੀ ਬੱਚੇ ਨੂੰ ਜਮਾਂਦਰੂ ਪ੍ਰੋਬਲਮ ਏਦਾਂ ਦੀ ਆ ਗਈ, ਸਰਕਾਰੀ ਹਸਪਤਾਲਾਂ ਚ ਇਹਨਾਂ ਦਾ ਟ੍ਰੀਟਮੈਂਟ ਹੈ ਨੀ, ਪ੍ਰਾਈਵੇਟ ਚ 3-4 ਲੱਖ ਰੁਪਇਆ ਮੰਗਦੇ ਆ। ਫਿਰ ਏਦਾਂ ਹੀ ਬੱਚਿਆਂ ਦੇ ਮਾਂ ਬਾਪ ਕੋਲੋਂ 3-4 ਲੱਖ ਇਕੱਠਾ ਨੀ ਹੁੰਦਾ, ਉਹ 5-5, 10-10 ਸਾਲ ਦੇ ਬੱਚੇ ਹੋ ਜਾਂਦੇ ਆ, ਤੇ ਜਿਹੜਾ ਉਹ ਤਕਲੀਫ ਭੋਗਦੇ ਆ। ਸਾਡੇ ਕੋਲੇ ਬੱਚੇ ਆਏ ਕਈ, ਇੱਕ ਬੱਚੀ ਆਈ ਸਾਡੇ ਕੋਲੇ, 14 ਸਾਲ ਦੀ ਉਮਰ ਸੀ ਉਹਦੀ ਵਿਚਾਰੀ ਦੀ, 14 ਸਾਲਾਂ ਤੋਂ ਬੱਚੀ ਏਦਾਂ ਹੀ ਉਹਦੇ ਪੇਟ ਚ, ਇੱਥੇ ਗਲੀ ਕੱਢਤੀ ਡਾਕਟਰਾਂ ਨੇ, ਇੱਥੋਂ ਦੀ ਟੋਇਲਟ ਆ ਰਹੀ ਸੀ ਉਹਨੂੰ, ਇੱਥੇ ਕੱਪੜਾ ਬੰਨ ਕੇ ਵਿਚਾਰੀ ਉਹ ਜਾਂਦੀ, ਨਾਲ ਦੇ ਸਕੂਲ ਦੇ ਬੱਚੇ ਵੀ ਉਹਨੂੰ ਮਜ਼ਾਕ ਕਰਦੇ, ਸਮੈਲ ਆਉਂਦੀ ਸਾਈਡ ਤੇ ਹੋ ਕੇ ਬਹਿ ਜਾਂਦੀ, ਟੀਚਰ ਵੀ ਕਹਿ ਦਿੰਦੇ ਵੀ ਤੇਰੇ ਚੋਂ ਸਮੈਲ ਆਉਂਦੀ, ਹਰ ਟਾਈਮ ਤੋਂ ਲਿਬੜੀ ਰਹਿੰਦੀ ਸੀ ਵਿਚਾਰੀ, ਪੜ੍ਹਾਈ ਲਿਖਾਈ ਚ ਵੀ ਕਿੱਥੇ ਮਨ ਲੱਗਦਾ। ਫਿਰ ਏਦਾਂ ਹੀ ਸਾਡੇ ਕੋਲ ਕੋਈ 5 ਸਾਲ ਦਾ ਬੱਚਾ ਆਇਆ, ਕੋਈ 7 ਸਾਲ ਦਾ ਆਇਆ, ਹੁਣ ਤੱਕ ਅਸੀਂ ਕਰੀਬ 12-13 ਬੱਚਿਆਂ ਦੇ ਇਸ ਤਰ੍ਹਾਂ ਦੇ ਅਪਰੇਟ ਕਰਾ ਚੁੱਕੇ ਹਾਂ। ਪਰ ਜਦੋਂ ਸਾਡੇ ਕੋਲ ਪਹਿਲੀ ਵਾਰੀ ਇੱਕ ਬੱਚਾ ਆਇਆ ਸੀ, ਅਸੀਂ ਹੈਰਾਨ ਹੋ ਗਏ ਸੀ ਵੀ ਕਿੱਦਾਂ ਹੋ ਸਕਦਾ ਇੱਦਾਂ, ਵੀ ਇੱਕ ਬੱਚੇ ਦੇ ਲੈਟਰੀਨ ਵਾਲਾ ਰਸਤਾ ਹੀ ਹੈ ਨਹੀਂ ਤੇ ਉਹ ਜਿਉਂਦਾ ਕਿਵੇਂ ਆ। ਪਰ ਉਸ ਤੋਂ ਬਾਅਦ ਅਸੀਂ ਵੀਡੀਓ ਸਾਂਝੀ ਕੀਤੀ, CMC ਹਸਪਤਾਲ ਡਾਕਟਰ ਨਾਲ ਗੱਲ ਕੀਤੀ, ਉਹਨਾਂ ਨੇ ਆਪਰੇਸ਼ਨ ਕੀਤਾ, 2 ਅਪਰੇਟ ਹੁੰਦੇ ਆ। ਹੁਣ ਜਿਵੇਂ ਇਹਦਾ ਵੀ ਬੱਚੀ ਦਾ ਪਹਿਲਾਂ ਆਪਰੇਟ ਕਰਨਗੇ, ਡਾਕਟਰ ਇਹਦੇ ਪੇਟ 'ਚ ਚੀਰਾ ਦੇ ਕੇ ਇੱਥੋਂ ਇੰਟਸਟਾਈਨ ਕੱਢ ਦੇਣਗੇ ਬਾਹਰ, ਇੰਟਸਟਾਈਨ ਦੇ ਰਾਹੀਂ ਪੋਟੀ ਇਹਨੂੰ ਢਿੱਡ ਰਾਹੀਂ ਆਉਣ ਲੱਗ ਜਾਣੀ ਹੈ, ਅਤੇ ਜਿਹੜਾ ਇਹਦਾ ਟੋਇਲਟ ਵਾਲਾ ਰਸਤਾ ਵਾ ਉਹ ਕੁਦਰਤੀ ਰਸਤਾ ਜਿਵੇਂ ਉਹਨੂੰ ਬਣਾ ਦੇਣਗੇ ਉਹ ਬਣਾ ਕੇ, ਅਤੇ ਫਿਰ 3 ਮਹੀਨਿਆਂ ਦਾ ਟਾਈਮ ਪਾਉਂਦੇ ਆ, 3 ਮਹੀਨਿਆਂ ਬਾਅਦ ਜਦ ਤੱਕ ਉਹ ਸਾਰੇ ਟਾਂਕੇ ਵਗੈਰਾ ਅੰਦਰੋਂ ਸੁੱਕ ਜਾਂਦੇ ਆ ਅਤੇ ਜ਼ਖਮ ਸਾਫ਼ ਹੋ ਜਾਂਦੇ ਆ, ਅਤੇ 3 ਮਹੀਨਿਆਂ ਬਾਅਦ ਦੁਬਾਰਾ ਫਿਰ ਪੇਟ ਵਾਲਾ ਰਸਤਾ ਬੰਦ ਕਰ ਦਿੰਦੇ ਆ ਅਤੇ ਕੁਦਰਤੀ ਰਸਤੇ ਦੇ ਨਾਲ ਇੰਟਸਟਾਈਨ ਨੂੰ ਜੋੜ ਦਿੰਦੇ ਆ। ਇਹ 2 ਅਪਰੇਟ ਹੁੰਦੇ ਆ ਇਹਨਾਂ ਦੇ ਬੱਚਿਆਂ ਦੇ, ਅਤੇ ਇਹਨੇ ਬਿਲਕੁਲ 2 ਅਪਰੇਟ ਤੋਂ ਬਾਅਦ ਸਾਡੀ ਅੰਮ੍ਰਿਤ ਨੇ ਬਿਲਕੁਲ ਠੀਕ ਹੋ ਜਾਣਾ। ਅਤੇ ਕੱਲ੍ਹ ਜਦੋਂ ਮਿਲਿਆ ਮੈਂ ਅੰਮ੍ਰਿਤ ਦੇ ਪਾਪਾ ਨੂੰ ਅਤੇ ਮੰਮੀ ਨੂੰ, ਅਤੇ ਰੋਂਦੇ ਝੱਲੇ ਨਹੀਂ ਸੀ ਜਾਂਦੇ ਰਾਤ, ਕਿਉਂਕਿ ਉਹਨਾਂ ਦੇ ਲਈ ਇਹ ਤਕਲੀਫ ਕਿੱਡੀ ਵੱਡੀ ਆ ਇਹ ਆਪਾਂ ਸਮਝ ਵੀ ਨਹੀਂ ਸਕਦੇ ਗੇ ਵੀ ਕਿੰਨੇ ਦੁੱਖ ਦੇ ਵਿੱਚ ਨਹੀਂ ਨਿਕਲਦੇ ਆ ਮਾਂ ਬਾਪ ਦੋਨੋਂ, ਹੈ ਨਾ, ਕਿੱਦਾਂ ਆਪਣੀ ਧੀ ਨੂੰ ਤੜਫਦਿਆਂ ਦੇਖਦੇ ਆ, ਕਿੱਦਾਂ ਆਪਣੀ ਧੀ ਨੂੰ ਉਹ ਇਸ ਹਾਲਤ 'ਚ ਪਾਉਂਦੇ ਆ ਵੀ ਜੇ ਕਿਸੇ ਨੂੰ ਦੱਸੀਏ ਵੀ ਲੋਕ ਯਕੀਨ ਨਹੀਂ ਕਰਦੇ। ਬਾਈ ਦੱਸਦਾ ਵੀ ਮੈਂ ਹਸਪਤਾਲਾਂ 'ਚ ਵੀ ਜਾਇਆ ਆ, PGI ਜਾਇਆ ਆ, ਫਰੀਦਕੋਟ ਮੈਡੀਕਲ ਕਾਲਜ ਜਾਇਆ ਆ, ਕੋਈ ਨਹੀਂ ਸੁਣਦਾ ਭਾਈ, ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਅੰਮ੍ਰਿਤ ਨੂੰ ਤੰਦਰੁਸਤੀ ਬਖਸ਼ਣ, ਇਹਦਾ ਆਪਰੇਸ਼ਨ ਹੋ ਜਾਵੇ, ਠੀਕ ਹੋ ਕੇ ਬੱਚੀ ਆਪਣਾ ਆਉਣ ਵਾਲਾ ਜੀਵਨ ਨਾਲ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਬਤੀਤ ਕਰੇ। ਕੀ ਨਾਮ ਮੇਰੇ ਬਾਈ ਦਾ? ਹਾਂ ਦੱਸਦੇ ਚੱਲ, ਕਿੱਥੇ ਸਪੀਕਰ? ਤੂੰ ਕਹਿੰਦਾ ਕਾਹਤੋਂ ਕਹਿੰਦਾ ਲਾ ਲਾਂਦੇ, ਲਾ ਕੇ ਦੱਸਦੇ ਬਾਈ। ਨਾ ਕੀ ਬਾਈ ਤੇਰਾ? ਵਿਨੋਦ, ਮਨੋਰ ਕਿ ਵਿਨੋਦ?
ਵਿਨੋਦ ਕੁਮਾਰ ਵਿਨੋਦ ਤੇਰੀ ਅੱਖ ਤੇ ਕੀ ਹੋਵੇ, ਤੇਰੀ ਅੱਖ ਇੰਨੀ ਲਾਲ ਹੋਈ ਪਈ ਹੈ, ਤੇ ਤੈਨੂੰ ਸੰਗਲ ਨਾ ਕਾਹਤੋਂ ਬੰਨੀ ਫਿਰਦੇ ਆ, ਕੀ ਚੱਕਰ ਕੀ ਹੈ ਇਹ ਸੰਗਲ ਲਾਈ ਫਿਰਦੇ ਤੈਨੂੰ, ਹੈਂ ਕਿੰਨੇ ਕੁ ਟਾਈਮ ਤੋਂ ਲਾਇਆ ਸੰਗਲ ਤੇਰੇ? ਸੰਗਲ ਕਦੇ ਛੱਡ ਦਿੰਦੇ ਕਦੇ ਲਾ ਦਿੰਦੇ। ਅੱਛਾ, ਇਹਨਾਂ ਦੀ ਮਰਜ਼ੀ ਚੱਲਦੀ ਹੈ, ਇਹਨਾਂ ਦੀ ਮਰਜ਼ੀ ਚੱਲਦੀ। ਕਿਉਂ ਐ, ਕਿਵੇਂ ਮੇਰੇ ਭਰਾ ਨੂੰ ਸੰਗਲ ਲਾ ਦੂ ਕੋਈ? ਵਿਨੋਦ ਕੁਮਾਰ ਆਪਾਂ ਦਾ ਕੋਈ ਪਰਵਾਹ ਨਹੀਂ ਸੰਗਲ ਦਾ, ਕਿਆ ਹੈਗਾ ਹੁਣ ਕੋਈ ਇੱਥੇ ਨਿਹੰਗ ਨਾ ਛੇੜ ਲਈ, ਉਹਨੇ ਵੱਢ ਕੇ ਸੰਗਲ ਫਿਰ ਲਗਵਾਉਣਾ ਹੀ ਹੈ, ਕੋਈ ਪਰਵਾਹ ਨਹੀਂ। ਬਾਹੀ ਲਾ ਕੇ ਲੈ ਜੂ ਨਾਲ, ਉਹ ਫਿਰ ਕੀ ਕਰਾਂਗੇ ਬਿਨਾਂ ਬਾਹ ਤੋਂ? ਫਿਰ ਕਿਆ, ਫਿਰ ਨਾ ਖਾਏ ਪੀਵਾਂਗੇ, ਮੂੰਹ ਨਾਲ ਚੱਟ ਲਵਾਂਗੇ ਇਹਦਾ ਕੋਈ ਖਾਣਾ ਪੀਣਾ। ਨਾ ਯਾਰ ਵਿਨੋਦ ਕੁਮਾਰ, ਐ ਨਾ ਕਹਿ, ਇੰਨੀ ਮਾੜੀ ਗੱਲ ਨਾ ਕਹਿ ਮੇਰੇ ਵੀਰ। ਕਿੰਨੇ ਸਾਲ ਤੋਂ ਬਈ ਐ ਕਰ ਰਿਹਾ? ਪੰਜ ਸਾਲ ਹੋ ਗਏ। ਫਿਰ ਹੁਣ ਇਹ ਸਾਲ ਉਹਦਾ ਦਵਾਈ ਖਾਣੀ ਬਣਾਉਂਦਾ ਵੀ ਕੁਛ ਨੀ। ਕਿੰਨੇ ਬੱਚੇ ਬਾਪੂ ਤੇਰੇ? ਗਿਆ ਸੀ ਭਤੀਜਾ ਵਾ ਨੰਗਲ ਰੋਡ ਤੇ ਪਹਾੜੀ ਚ? ਠੀਕ ਹੈ ਠੀਕ ਹੈ। ਉਧਰ ਤਾਰਪੁਰ ਉਧਰ ਹੀ? ਨਹੀਂ, ਤਲਵਾੜੇ ਨਾਲ ਉਧਰ, ਤਲਵਾੜੇ। ਠੀਕ, ਫਿਰ ਇਹਨੂੰ ਬੰਨ ਕੇ ਫਿਰ ਰੱਖਣਾ ਪੈਂਦਾ ਹੈ? ਫਿਰ ਪੀਜੀਆਈ ਤੋਂ ਖੜਾਈ, ਪੀਜੀਆਈ ਤੋਂ ਫਿਰ ਸਾਲ ਸੈੱਟ ਰਿਹਾ, ਕੰਮ ਵਧੀਆ ਦਿਹਾੜੀ ਵੀ ਕਰਦਾ ਰਿਹਾ, ਮੁੜ ਫਿਰ ਹੋ ਗਿਆ। ਦਵਾਈ ਖਾਣੀ ਹੁਣ ਇਹ ਦਵਾਈ ਵੀ ਅਸਰ ਨੀ ਕਰਦੀ, ਕੱਲ ਵੀ ਮੇਰੇ ਤੋਂ ਮੈਂ ਦੱਸਦਾ, ਮੈਂ ਕੱਲ ਵੀ ਗੋਲੀ ਦੇ ਕੇ ਆਇਆ, ਇਹਨੂੰ ਪਾਣੀ ਪਾ ਕੇ ਗੋਲੀ ਦੇ ਕੇ ਆਇਆ, ਖਾ ਕੇ ਸੋ ਜਾਂਦਾ ਸੀ ਬਲੀ ਘਰਾਂ ਦਾ, ਅੰਦਰ ਬੰਨਿਆ ਸੀ ਠੰਡ ਤੋਂ, ਬਰਾਂਡੇ ਤੋਂ ਦਰਵਾਜ਼ੇ ਸੀ ਨਾ ਬਣੇ ਜਾਂਦਾ ਅੰਦਰ, ਤੁਹਾਨੂੰ ਜਾਲਾ ਲੱਗਾ ਉਹ ਮਰ ਜਾਣਾ ਤਾਲਾ ਜੀ। ਹੁਣ ਥੋੜੇ ਦਿਨ ਇੱਥੇ ਰਹਿਣਾ ਪਊ, ਤੁਹਾਨੂੰ ਰਹੋਗੇ ਹਨਾ? ਇਹਨੂੰ ਦਵਾਈ ਆਪਾਂ ਇੱਥੇ ਰੱਖ ਕੇ ਖਵਾਵਾਂਗੇ ਥੋੜੇ ਦਿਨ, ਜਦੋਂ ਦਵਾਈ ਸੈੱਟ ਹੋ ਜਾਊਗੀ ਉਦੋਂ ਘਰੇ ਜਾ ਕੇ ਖਾਈ ਜਾਊਗਾ। ਠੀਕ ਆ, ਕਰਦੇ ਆਪਾਂ ਗੱਲ ਬਾਪੂ, ਕੋਈ ਨਾ ਫਿਕਰ ਨਾ ਕਰ। ਤੇਰਾ ਕੀ ਨਾਮ ਬਾਈ? ਵਿਨੋਦ ਕੁਮਾਰ। ਵਿਨੋਦ ਕੁਮਾਰ ਕਿੰਨਾ ਪੜ੍ਹਿਆ ਤੂੰ? ਜਮਾ ਹੀ ਨੀ ਪੜ੍ਹਿਆ? ਓ ਯਾਰ ਤੂੰ ਪੜ੍ਹ ਲਾ ਫਿਰ ਥੋੜਾ ਜਿਹਾ, ਹੁਣ ਪੜ੍ਹਾ ਦਈਏ ਤੈਨੂੰ ਥੋੜਾ। ਖੋਲ ਦੀਏ ਸਿੰਗਲ ਹੈ? ਠੀਕ ਆ, ਮਾਰਦਾ ਤਾਂ ਨੀ ਕਿਸੇ ਨੂੰ, ਭੱਜਦਾ ਤਾਂ ਨੀ? ਨਾ ਯਾਰ ਵਿਨੋਦ ਕੁਮਾਰ, ਆਪਾਂ ਸਿੰਗਲ ਤੇਰਾ ਲਾ ਦਿੰਦੇ ਆ, ਰੋਕ ਕੇ ਲਾਈਏ। ਯਾਰ ਤੂੰ ਤਾਂ ਗੁੱਸਾ ਕਰੀ ਜਾਂਦਾ ਵਿਨੋਦ ਕੁਮਾਰ ਯਾਰ। ਬੁਲੇ ਸੋ ਨਿਹਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਮੈਨੂੰ ਦੱਸ ਪਿਆ ਮੇਰਾ ਵੀਰ ਫੜਾ ਦੇ ਬਾਈ ਸਾਨੂੰ, ਹੁਣ ਆ ਫੜਿਓ ਜੀ ਮਾਸਟਰ ਜੀ ਆਪਣੇ ਸਰਪੰਚ ਸਾਹਿਬ। ਹੁਣ ਵਿਨੋਦ ਕੁਮਾਰ ਆਪਾਂ ਸੰਗਲ ਨੀ ਬੰਨਣਾ ਤੇਰੇ ਕਦੇ ਵੀ, ਨਾ ਵਾਹਿਗੁਰੂ ਕਿਰਪਾ ਕਰੇ ਕਦੇ ਬੰਨਣ ਦੀ ਲੋੜ ਪਵੇ, ਤੇ ਨਾ ਮੇਰੇ ਵਿਨੋਦ ਕੁਮਾਰ ਵੀਰ ਨੂੰ ਕੋਈ ਸਮੱਸਿਆ ਆਵੇ। ਤੂੰ ਦਵਾਈ ਖਾਣੀ ਆ, ਠੀਕ ਆ, ਦਵਾਈ ਤਾਂ ਖਾਏਗਾ ਨਾ, ਦੇਖ ਲੈਣੇ ਤੇਰੀ ਵੀ ਖਾ ਗਏ। ਨਾ ਯਾਰ ਐ ਨਾ ਕਹਿ ਯਾਰ ਵਿਨੋਦ, ਫਿਰ ਤੂੰ ਤਾਂ ਉਹੀ ਗੱਲਾਂ ਕਰਦਾ, ਤੂੰ ਵੀ ਪਹਾੜਦੇ ਰਹਿੰਦਾ, ਸਾਡੇ ਕੋਲ ਵੀ ਇੱਕ ਵਿਨੋਦ ਹੈ ਵੀ ਪਹਾੜਦੇ ਰਹਿੰਦਾ ਵਾ। ਹੈਂ ਠੀਕ ਆ, ਬਹਿ ਜਾ ਇੱਥੇ ਹੁਣ ਤੇਰਾ ਬਾਈ, ਅਰੇ ਇੱਥੇ ਬਹਿ ਜਾ, ਇੱਧਰ ਨੂੰ ਹੋਇਆ ਬਾਈ ਮਾੜਾ ਜਾ। ਸਤਿ ਸ੍ਰੀ ਅਕਾਲ ਭੈਣੇ, ਇਹਨੂੰ ਕਿਵੇਂ ਨੂੜੀ ਫਿਰਦੇ ਹੋ ਤੁਸੀਂ ਵੀਰ ਨੂੰ ਮੇਰੇ ਨੂੰ, ਲੱਤਾਂ ਵੀ ਬੰਨੀਆਂ ਵਾ। ਹੈ ਬਾਈ ਸਤਿ ਸ੍ਰੀ ਅਕਾਲ, ਕੀ ਹਾਲ ਕਰੀ ਫਿਰਦਾ, ਮੂੰਹ ਨੀਲਾ ਹੋਇਆ ਪਿਆ ਕੁੱਟ ਕੁੱਟ ਕੇ, ਹੱਥ ਆ ਗੁੱਟ ਕਿੱਡਾ ਸੁੱਜਿਆ ਪਿਆ, ਟੁੱਟ ਗਿਆ ਲੱਗਦਾ ਤਾਂ ਮੈਨੂੰ, ਆਹਦਾ ਟੁੱਟ ਗਿਆ ਹੱਥ ਤੇਰਾ, ਗੁੱਟ ਟੁੱਟ ਗਿਆ। ਕਿਹੜੇ ਪਿੰਡ ਦੇੜਕੇ? ਸਾਡੇ ਕੋਲ ਕਈ ਬੰਦੇ ਆਉਂਦੇ ਯਾਰ, ਕਿਸੇ ਨੇ ਦੱਸਿਆ ਨੀ ਗਾ। ਕਿੰਨੇ ਦਿਨ ਹੋ ਗਏ ਇਹਨੂੰ ਆਏ ਹੋਏ ਨੂੰ? ਕੋਈ ਮਦਦ ਨੀ ਕਰਦੇ ਲੋਕ? ਨਹੀਂ ਵੀਰੇ, ਕੋਈ ਨੀ ਮਦਦ ਕਰਦਾ, ਕੋਈ ਭੈਣ ਭਰਾ, ਕੋਈ ਤਾਏ ਚਾਚੇ, ਕੋਈ ਮੇਰਾ ਭਰਾ ਹੀ ਆ ਕੱਲਾ, ਇਹੀ ਵੀ ਕਿੰਨੀ ਵੀਰ ਇਹਨੂੰ ਦਵਾਈ ਦਵੂਈ ਦਵਾ ਕੇ ਲੈ ਕੇ ਗਿਆ। ਬਹੁਤ ਜੀ ਮਦਦ ਕਰਦੇ ਆ, ਮੈਂ ਤਾਂ ਇਹਦਾ ਡੈਡੀ ਆ। ਨਹੀਂ ਤੁਸੀਂ ਤਾਂ ਕਰਦੇ, ਵੀ ਲੋਕ ਨਹੀਂ ਕਰਦੇ ਮਦਦ? ਲੋਕ ਕੋਈ ਨਹੀਂ ਕਰਦੇ ਜੀ ਮਦਦ। ਮੇਰਾ ਵੀਰੇ ਕੀ ਹੋਇਆ, ਕੀ ਸੀ ਬਾਪੂ ਇਹਨੂੰ? ਇਹਨੂੰ ਹੋਇਆ ਕੁਛ ਨਹੀਂ ਸੀਗਾ ਜੀ, ਇਹ 2015 ਚ ਇਹ ਹੋਇਆ, ਪਤਾ ਨੀ ਹਲੇ ਉੱਟੀ ਹੋ ਗਿਆ ਸੀਗਾ, ਦਵਾਈ ਨਾਲ ਠੀਕ ਹੋ ਗਿਆ ਸੀ, ਫਿਰ ਦੁਬਾਰੇ ਹੋ ਜਾਂਦਾ, ਸਾਲ ਬਾਅਦ ਕਿਤੇ 6 ਮਹੀਨੇ ਬਾਅਦ, ਕਿਤੇ 2 ਸਾਲ ਬਾਅਦ, ਬਸ ਆਹੀ ਚੱਲਦਾ ਕੰਮ। ਕਰਦਾ ਕੀ ਆ ਫਿਰ ਇਹ? ਕੱਪੜੇ ਲਾਉਣ ਦਾ, ਇਹ ਸਾਰਾ ਕੁਛ ਹੀ ਕਰਦਾ ਜੀ। ਬੁਰੀ ਹਾਲਤ ਇਹਨੂੰ, ਇਹਨਾਂ ਨੂੰ ਕੁੱਟਮਾਰ, ਸਾਨੂੰ ਵੀ ਗਾਲਾਂ, ਮੈਨੂੰ ਵੀ ਬੁਰਾ ਸਮਝਦਾ, ਜੇ ਮੈਂ ਹਟਾਉਣਾ ਮੈਨੂੰ ਵੀ ਢਾਉਂਦਾ, ਫਿਰ ਹੋਰ ਲੋਕਾਂ ਦੀ ਤੋੜ ਭੰਨ ਕਰਦਾ, ਫਿਰ ਉਹ ਕੁੱਟਦੇ ਮਾਰਦੇ ਆ, ਫਿਰ ਅਸੀਂ ਹਰ ਕੇ ਬੰਨਦੇ ਆ। ਬਾਬਾ ਜੀ ਆਹ ਤਕਰੀਬ ਤੇ ਖੋਲ ਦਿਓ, ਖੋਲ ਦੇਣੇ ਬੋਲ ਕੇ ਨੂੰ ਚੋਣਾ ਜੀ, ਮੱਝ ਬਣਾਇਆ ਜੀ, ਹੈ ਵਲੰਟੀਅਰ ਬੈਠਾ ਹੈ, ਨਹੀਂ ਉਹਨੂੰ ਮੱਝ ਬਣਾ ਕੇ ਚੋਣਾ ਜੀ, ਬੈਠ ਖੋਲੋ ਪਹਿਲੇ ਮੇਰੇ ਅੱਖਾਂ ਦੇ ਸਾਹਮਣੇ, ਠੀਕ ਨਹੀਂ ਮੈਨੂੰ ਚੋਣ ਵਾਸਤੇ।
ਹੋਇਆ ਨਾਲ ਵਾਲੰਟੀਅਰ ਦਾ, ਕੀ ਗੱਲ ਹੋ ਗਈ, ਖੜ ਗਿਆ ਤੂੰ ਤਾਂ, ਕੀ ਨਾਮ ਬਾਈ ਤੇਰਾ, ਤੇਰਾ ਨਾਂ ਕੀ ਹੈ ਬਾਈ, ਹੈ ਬਾਈ ਨਾਂ ਕੀ ਹੈ ਤੇਰਾ, ਹਾਂ ਕੋਈ ਨਾ, ਕੀ ਨਾਂ ਤੇਰਾ, ਹੈ ਇਕਬਾਲ ਸਿੰਘ, ਇਕਬਾਲ ਸਿੰਘ ਜੀ ਮੈਂ ਤੈਨੂੰ ਖੋਲ ਦੇਵਾਂ ਭੱਜੇਗਾ ਤੂੰ, ਖੋਲ ਦੇਵਾਂ ਤੈਨੂੰ ਮੈਂ, ਕੀ ਕਰੀ ਫਿਰਦਾ ਹਾਲ ਯਾਰ ਤੂੰ, ਜਿਹੜੀਆਂ ਦਸਤਾਰਾਂ ਸਿਰ ਤੇ ਬੰਨਣ ਵਾਲੀਆਂ ਵਾ, 2010 ਪਿੰਡ ਵਾਲਾ ਨੇ, ਪਿੰਡ ਦੇ ਬੰਦਿਆਂ ਨੇ ਕੁੱਟਿਆ, ਤੋੜ ਭੰਨ ਕਰਦਾ, ਪੈਪ ਤੋੜ ਕਰਦਾ, ਕੁੱਟਣ ਨਾਲ ਹਟ ਜਾਂਦਾ ਸੀ, ਕੁੱਟਣ ਨਾਲ ਕਿਹੜਾ ਹਟਦਾ, ਹਾਂ ਫਿਰ ਉਹੀ ਤਾਂ ਗੱਲ ਨਾ, ਕੁੱਟਣ ਨਾਲ ਥੋੜੀ ਗੱਲ, ਹਰਿਖੁਣਾ ਦੇ ਬਾਲ ਬੂਲ ਮੱਚੇ ਪਏ ਸਾਰੇ, ਆਹ ਹਲਾਈ ਨੂੰ ਹੱਥ ਨੂੰ ਮੈਂ ਮੰਗਣਾ ਹੈ ਪਵਾਉਣਾ, ਬਿੱਲੇ ਨੂੰ ਸੱਦ ਕੇ ਪਵਾਏ, ਸਪੋਰਟ ਜੀ ਲਵਾਏ, ਉਹਦੀ ਬਾਂਹ ਤੇ ਗੱਟਾ ਅੱਗੋਂ ਟੁੱਟ ਗਿਆ, ਦੇਖੋ ਕਿਵੇਂ ਬਾਣ ਦੇ, ਆ ਦੇਖਿਓ ਗੋਟੇ ਨਾ ਟੁੱਟ ਗਿਆ, ਦੇਖੀ ਚੈੱਕ ਕਰੀ ਭੈਣੇ, ਬਾਣ ਦੇ ਰੱਸਿਆਂ ਨਾਲ ਹਨਾ ਕਿੱਦਾਂ ਇਹਨੂੰ ਬੰਨਿਆ ਹੋਇਆ, ਬਾਈ ਨੂੰ ਕੀ ਨਾਂ ਦੱਸਿਆ ਬਾਈ ਦਾ, ਇਕਬਾਲ ਸਿੰਘ, ਲੈ ਟੁੱਟ ਗਿਆ ਨਾ, ਇਹਨੂੰ ਸਪੋਰਟ ਜੀ ਬਣਾ ਦੇ ਮਾੜੀ ਬੰਨ ਦੇ ਨਾਲ ਲਿਆ ਕੇ ਨਾ, ਇਕਬਾਲ ਸਿੰਘ ਕੀ ਦੱਸਿਆ ਨਾ, ਬੰਨੀ ਫਿਰਦਾ ਆਪਦੇ ਆਪ, ਆ ਵੀ ਗੋਡੇ ਗਾਡੇ ਵੀ ਭੰਨੇ ਪਏ, ਸਾਰਾ ਕੁਛ ਦੁਖਦਾ ਇਹਦਾ ਤਾਂ ਵਿਚਾਰੇ ਦਾ, ਆ ਵੀ ਚੀਜ਼ਾਂ ਦੁਖਦੀਆਂ, ਸਿਰ ਤੇ ਤਾਂ ਨੀ ਸੱਟ ਕੋਈ, ਹਾਂਜੀ ਜਾਇਆ ਦੇ ਆਓ, ਬਾਲਾਂ ਦਾ ਕੀ ਕਰੀ ਫਿਰਦਾ ਤੂੰ ਯਾਰ, ਇਕਬਾਲ ਸਿੰਘ, ਇਕਬਾਲ ਸਿੰਘ
ਇਕਬਾਲ ਕਿੰਨਾ ਪੜਿਆ? ਇਕਬਾਲ ਤੈਨੂੰ ਪਤਾ ਨੀ ਲੱਗਦਾ ਉਦੋਂ ਜਦੋਂ ਫਿਰ ਆ ਕੁਛ ਕਰਦਾ ਤੂੰ? ਹੈਂ ਜਦੋਂ ਤੂੰ ਨੰਗਾ ਹੋ ਜਾਂਦਾ ਕੱਪੜੇ ਲਾ ਜਾਂਦਾ ਜਾਂ ਹੋਰ ਫਿਰ ਤੈਨੂੰ ਪਤਾ ਨੀ ਲੱਗਦਾ? ਕੁਛ ਨੀ ਪਤਾ ਲੱਗਦਾ ਫਿਰ ਤੈਨੂੰ ਉਦੋਂ ਕੋਈ ਸੁਰਤ ਨੀ ਰਹਿੰਦੀ? ਹੈ ਮੈਂ ਕਹਿੰਦਾ ਕੋਈ ਚੀਜ਼ ਛੱਡੀ ਹੋਈ ਨੀ ਜਿਹੜੀ ਨਾ ਕੁੱਟੀ ਹੋਵੇ ਉਹਨਾਂ ਨੇ? ਪਸ਼ੂਆਂ ਨੂੰ ਵੀ ਕੁੱਟਦਾ? ਤੂੰ ਜਾਨਵਰਾਂ ਨੂੰ ਕਾਹਦੇ ਕੁੱਟਦਾ? ਇਕਬਾਲ ਦੱਸ ਕੀ ਗੱਲ? ਤੂੰ ਚਾਹੁੰਦਾ ਠੀਕ ਹੋਣਾ? ਠੀਕ ਹੋਣਾ ਨਾ, ਇੱਥੇ ਰਹਿਣਾ ਪਊ ਮੇਰੇ ਕੋਲੇ ਰਹੇਗਾ? ਬਸ ਕੋਈ ਨਾ, ਫਿਰ ਵਾਹਿਗੁਰੂ ਮਿਹਰ ਕਰਨਗੇ, ਆਪਾਂ ਦਵਾਈ ਸ਼ੁਰੂ ਕਰਾਉਂਦੇ ਹਾਂ, ਠੀਕ ਆ? ਵਾਹਿਗੁਰੂ ਪਾਠ ਕਰ ਫਿਰ, ਇੱਕ ਓਂਕਾਰ ਬੋਲ ਕੇ, ਇੱਕ ਓਂਕਾਰ ਸਤਨਾਮ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਉੱਚੀ ਬੋਲ ਉੱਚੀ ਬੋਲ, ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਭ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਿਹਰ ਕਰਨਗੇ ਸਭ ਸੱਚੇ ਪਾਤਸ਼ਾਹ ਦੀ। ਠੀਕ ਆ ਸਾਰਾ ਦੱਸਦਾ, ਮੋਰ ਵੀ ਦੱਸਦੇ ਆ। ਹੱਡੀ ਹੁੱਡੀ ਨੀ ਤੋੜਦੀ ਸੀ ਨਾ, ਰੀੜ ਦੀ ਹੱਡੀ ਹੁੱਡੀ ਤੋੜ ਦਿੰਦੇ, ਬੱਚਤ ਹੋ ਗਈ ਹਜੇ ਯਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੇਖਿਆ ਜਿੱਦਾਂ ਤੁਸੀਂ ਵੀਰ
ਰੱਸਿਆਂ ਨਾਲ ਬੰਨ ਕੇ ਲੈ ਕੇ ਆਏ ਨੇ ਵੀਰ ਹੋਣੀ, ਹੈ ਨਾ। ਏਦਾਂ ਹੀ ਦੂਜਾ ਬਾਈ ਇੱਥੇ ਬੈਠਾ ਸੀ, ਇੱਕ ਸੰਗਲ ਨਾਲ ਬੰਨਿਆ ਹੋਇਆ ਸੀਗਾ। ਆਈ ਬਾਈ ਜਿਹੜੇ ਵਿਨੋਦ ਕੁਮਾਰ ਉਰੇ ਆ, ਇਹ ਵੀਰਾ ਸੰਗਲ ਨਾਲ ਬੰਨਿਆ ਹੋਇਆ ਸੀ ਨਾ। ਉਹ ਦੂਜਾ ਵੀਰਾ ਹਜੇ ਉਹ ਦੇਖੋ ਕੀ ਕਰੀ ਜਾਂਦਾ, ਉਹਨੂੰ ਫੜੀ ਫਿਰਦੇ ਆ ਬਾਈ। ਤੇ ਇਹ ਦੁਖਿਆਰੇ ਲੋਕ, ਜੇ ਇਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ, ਇਹਦਾ ਮਤਲਬ ਤੁਹਾਡਾ ਵੀ ਠੀਕ ਨਹੀਂ ਵੀ ਤੁਸੀਂ ਇਹਨਾਂ ਨੂੰ ਕੁੱਟੀ ਜਾਂਦੇ ਹੋ ਯਾਰ। ਮੈਂ ਇਸ ਤਰ੍ਹਾਂ ਹੈਰਾਨ ਹਾਂ ਵੀ ਕਮਲਾ ਤਾਂ ਚਲੋ ਇਹ ਆ, ਮੈਂ ਮੰਨਦਾ ਜਿਵੇਂ ਬਾਈ ਕਹਿੰਦੇ ਵੀ ਤੰਗ ਕਰਦਾ, ਵੀ ਮੰਨ ਲਓ ਕਿਸੇ ਦੀਆਂ ਮੱਝਾਂ ਖੋਲਤੀਆਂ, ਕਿਸੇ ਦਾ ਪੱਲੜ ਪਾੜਤਾ, ਕਿਸੇ ਨੂੰ ਬੋਲਤਾ, ਕਿਸੇ ਨੂੰ ਗਾਲ ਕੱਢਤੀ, ਪਰ ਕੁੱਟਣਾ ਕੋਈ ਹੱਲ ਨਹੀਂ ਹੈਗਾ। ਜੇ ਤੁਸੀਂ ਕਰ ਸਕਦੇ ਸੀ ਕੁਛ, ਇਹਨੂੰ ਫੜ ਕੇ ਚਾਰ ਬੰਦੇ ਲੈਂਦੇ, ਬੰਨ ਕੇ ਇੱਥੇ ਲੈ ਆਉਂਦੇ ਸਾਡੇ ਕੋਲੇ, ਜਦੋਂ ਮਰਜ਼ੀ ਲਿਆ ਸਕਦੇ ਹੋ ਤੁਸੀਂ। ਅੱਧੀ ਰਾਤ ਨੂੰ ਵੀ ਲੈ ਆਓ, ਅਸੀਂ ਅੱਧੀ ਰਾਤ ਨੂੰ ਵੀ ਤਿਆਰ ਹਾਂ ਇੱਥੇ ਤੁਹਾਡੇ ਨਾਲ ਖੜਨ ਲਈ। ਪਰ ਬਾਈ ਕੁੱਟ ਕੁੱਟ ਕੇ ਉਹਦੇ ਗੁੱਟ ਤੋੜਿਆ ਪਿਆ ਇੱਕ ਪਾਸੇ ਦਾ ਨਾ, ਦੋਨੇ ਗੁੱਟ ਸੁੱਜੇ ਪਏ, ਇੱਕ ਤਾਂ ਜਮਾਂ ਤੋੜ ਹੀ ਦਿੱਤਾ ਗੁੱਟ, ਫਿਰ ਆਹ ਲੱਤਾਂ ਪੈਰ ਸੁੱਜੇ ਪਏ ਆ ਉਹਦੇ, ਦੇਖੋ ਵਿਚਾਰੇ ਦੇ, ਦੇਖੋ ਨੀਲ ਪਏ ਪਏ ਆ। ਲੈ ਜਿੱਥੇ ਮਰਜ਼ੀ ਲੈ ਆਹ ਵੀ ਪੈਰ ਵੀ ਦੇਖੋ ਕਿੰਨਾ ਸੁੱਜਿਆ ਪਿਆ, ਜਿਵੇਂ ਅੱਡੀਆਂ ਪੈਰ ਕੁੱਟੇ ਹੁੰਦੇ ਨਾ ਕਿਸੇ ਥੱਲਿਓਂ, ਆਹਦੇ ਅੱਡੀ ਸੁੱਜੀ ਪਈ ਸਾਰੀ। ਇੱਕ ਤਾਂ ਗਰੀਬ ਦਾ ਪੁੱਤ ਆ ਭਾਈ, ਦੱਸ ਡੈਡੀ ਕਿਵੇਂ ਕੁੱਟਦਾ ਸੀ ਭਾਈ ਕਹਿੰਦਾ। ਤੇ ਭਾਈ ਸਾਡੀ ਬੇਨਤੀ ਆ ਹੱਥ ਜੋੜ ਕੇ, ਜੇ ਵੀਰ ਇਕਬਾਲ ਸਿੰਘ ਦੇ ਨਾਲ ਇਹ ਹਾਲਾਤ ਹੋਇਆ ਸੀ, ਇਹਦੇ ਰਾਹੀਂ ਤੁਹਾਨੂੰ ਬੇਨਤੀ ਕਰਦੇ ਆ ਵੀ ਕਿਸੇ ਹੋਰ ਇਕਬਾਲ ਨਾਲ ਆ ਨਾ ਹੋਵੇ ਯਾਰ। ਇਹਨਾਂ ਨੂੰ ਕੁੱਟੋ ਨਾ, ਇਹਨਾਂ ਨੂੰ ਮਾਰੋ ਨਾ, ਤੁਸੀਂ ਸਾਡੇ ਕੋਲ ਲੈ ਆਵੋ। ਜਿਹੜਾ ਬਹੁਤ ਜ਼ਿਆਦਾ ਅਗਰੈਸਿਵ ਆ, ਜਿਹੜਾ ਬਹੁਤ ਜ਼ਿਆਦਾ ਭੰਨ ਤੋੜ ਕਰ ਰਿਹਾ, ਉਹਨੂੰ ਮੰਨ ਲਓ ਇੱਕ ਦਿਨ 'ਚ ਤਾਂ ਹੋਇਆ ਨਹੀਂ ਇਹ ਬੰਦਾ, ਸਮਾਂ ਲੱਗਿਆ। ਜਾਂ ਤਾਂ ਇਹ ਕਿਤੇ ਭੰਗ ਭੁੰਗ ਪੀਂਦਾ ਰਿਹਾ, ਘੋਟਾ ਘਾਟਾ ਪੀਂਦਾ ਰਿਹਾ ਜ਼ਿਆਦਾ, ਕਿਤੇ ਇੱਦਾਂ ਦਾ ਸੀਗਾ ਕੁਛ ਨਹੀਂ। ਘੋਟਾ ਪੀਣਾ ਤਾਂ ਦੇਖੋ ਕੋਈ, ਤੇ ਜਾਂ ਫਿਰ ਕੋਈ ਬਲੱਡ ਦੇ ਵਿੱਚ ਬਿਮਾਰੀ ਹੁੰਦੀ ਆ, ਹਨਾ, ਖੂਨ ਚ ਪਿੱਛੋਂ ਬਿਮਾਰੀ ਆਉਂਦੀ ਆ। ਇਹਦਾ ਆਪਾਂ ਹੱਲ ਆ, ਮੈਡੀਕਲ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਵਧੀਆ ਦਵਾਈਆਂ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਅਸੀਂ ਇੱਥੇ ਪ੍ਰਸ਼ਾਦ ਰੂਪੀ ਦਵਾਈ, ਤੁਹਾਡਾ ਇੱਕ ਰੁਪਈਆ ਵੀ ਖਰਚ ਨਹੀਂ ਆਉਣਾ, ਬਿਲਕੁਲ ਫ੍ਰੀ ਦਵਾਈ, ਚਾਹੇ 2 ਸਾਲ ਚੱਲੇ ਚਾਹੇ 5 ਸਾਲ ਚੱਲੇ, ਬਿਲਕੁਲ ਮੁਫ਼ਤ ਮਿਲਣੀ ਹੈ, ਲੰਗਰ ਦੇ ਰੂਪ ਦੇ ਵਿੱਚ ਇੱਥੇ ਵਰਤਾਈ ਜਾਂਦੀ ਹੈ। ਪਰ ਤੁਸੀਂ ਲੈ ਕੇ ਆਵੋ, ਉਹਨਾਂ ਨੂੰ ਕੁੱਟੋ ਮਾਰੋ ਨਾ, ਸੰਗਲਾਂ ਨਾਲ ਬੰਨ ਕੇ, ਰੱਸਿਆਂ ਨਾਲ ਬੰਨ ਕੇ ਨਾ ਰੱਖੋ, ਹੱਥ ਗੁੱਟ ਤੋੜੇ ਪਏ ਆ, ਕੀ ਫਾਇਦਾ। ਕੱਲ ਨੂੰ ਠੀਕ ਵੀ ਹੋਊਗਾ ਤਾਂ ਕਿਵੇਂ ਬੱਚਿਆਂ ਨੂੰ ਪਾਲੂ ਆਪਦਿਆਂ ਨੂੰ ਇਹ। ਹੁਣ ਜਿਹੜਾ ਗੁੱਟ ਟੁੱਟ ਗਿਆ, ਕਿੰਨੇ ਦਿਨਾਂ ਦਾ ਟੁੱਟਿਆ ਹੋਇਆ ਵਾ, ਕਿੰਨੇ ਦਿਨ ਹੋ ਗਏ ਜੀ ਇਹਨੂੰ ਆਏ ਹੋਏ ਨੂੰ, ਕਿੰਨਾ ਦੇਖੋ ਸੁੱਜਿਆ ਪਿਆ, ਨੀਲਾ ਹੋਇਆ ਪਿਆ ਹੱਥ। ਸਾਡੇ ਜਿਹੜੇ ਔਰਥੋ ਨਾਲ ਰਿਲੇਟਡ ਫਿਜ਼ੀਓਥੈਰੇਪਿਸਟ ਨੇ ਡਾਕਟਰ ਜੈਸਮੀਨ ਸਾਡੇ, ਉਹ ਕਹਿ ਰਹੇ ਆ ਵੀ ਕਰੀਬ 2 ਹਫ਼ਤੇ, ਜਾਨੀ ਕਿ ਗੱਲ ਇਹ ਆ ਵੀ ਜੇ ਏਦਾਂ ਹੀ ਲੰਬਾ ਸਮਾਂ ਹੋਰ ਬੰਨਿਆ ਰਹਿਣ ਦਾ, ਹੱਥ ਨੇ ਗਲਣਾ ਸ਼ੁਰੂ ਹੋ ਜਾਣਾ ਸੀ, ਉਹਦਾ ਨੀਲਾ ਹੋਇਆ ਉਹਨੇ ਕਾਲਾ ਹੋ ਜਾਣਾ ਸੀ, ਕਾਲਾ ਹੋ ਕੇ ਹੱਡੀਆਂ ਗਲ ਜਾਂਦੀਆਂ। ਆਪਾਂ ਬੰਨ ਕੇ ਪਰੇ ਹੋਏ ਨੇ, ਰੋਟੀ ਪਾਈ ਜਾਂਦੇ ਜਾਨਵਰਾਂ ਵਾਂਗ,
ਜੇ ਪਿੰਡ ਵਾਲੇ ਲੋਕ ਜੀ ਕਿਸੇ ਦੇ ਘਰ 'ਚ ਇੱਦਾਂ ਦੀ ਕੋਈ ਸਮੱਸਿਆ ਆ ਜਾਂਦੀ ਹੈ, ਸਾਡੀ ਬੇਨਤੀ ਹੈ ਬਾਈ ਆਪਾਂ ਇਕੱਠੇ ਹੋ ਕੇ 5-7-10 ਬੰਦੇ ਰਲ ਕੇ ਉਹਨੂੰ ਬੰਦੇ ਨੂੰ ਇੱਥੇ ਕਾਬੂ ਕਰਕੇ ਇੱਕ ਵਾਰੀ ਲੈ ਆਓ, ਇੱਥੇ ਆਪਾਂ ਉਹਦਾ ਇਲਾਜ ਕਰਾ ਸਕਦੇ ਹਾਂ। ਉਹਨੂੰ ਕੁੱਟਮਾਰ ਕਰਨ ਦਾ ਕੋਈ ਬੈਨੀਫਿਟ ਨਹੀਂ ਹੈਗਾ, ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਪਰਿਵਾਰ ਵੀ ਵਿਚਾਰਾ ਮਜਬੂਰ ਹੁੰਦਾ, ਉਹ ਕਹਿੰਦਾ ਹਾਂ ਭਾਈ ਕੁੱਟ ਲਓ, ਨਾ ਇਹ ਕਹਿਣ ਜੋਗੇ ਤੁਹਾਨੂੰ ਨਾ ਕੁੱਟੋ, ਕਿਉਂਕਿ ਇਹਨਾਂ ਦੇ ਘਰੇ ਪਤਾ ਨਹੀਂ ਕਿੰਨੀ ਵਾਰ ਲੋਕ ਗਾਲਾਂ ਕੱਢ ਕੇ ਜਾਂਦੇ ਆ ਕੇ ਵੀ ਆਪਦਾ ਸਾਂਭ ਲਓ, ਆਪਦਾ ਬੰਨ ਲਓ, ਆਪਦਾ ਅਸੀਂ ਮਾਰ ਦੇਣਾ, ਅਸੀਂ ਕੁੱਟ ਦੇਣਾ, ਅਸੀਂ ਆਹ ਕਰ ਦੇਣਾ। ਇਸ ਕਰਕੇ ਸਾਡਾ ਇਹ ਛੋਟਾ ਜਿਹਾ ਮੈਸੇਜ ਆ, ਸਾਰੇ ਅੱਗੇ ਸ਼ੇਅਰ ਕਰਿਓ ਵੀ ਵੀਰ ਇਕਬਾਲ ਸਿੰਘ ਦੀ ਜੋ ਦੁਰਦਸ਼ਾ ਕੀਤੀ ਆ ਤੁਸੀਂ ਕੁੱਟ ਕੁੱਟ ਕੇ, ਇਹ ਨਾ ਕਰੋ। ਜੇ ਉਹਦੀ ਮਦਦ ਕਰ ਸਕਦੇ ਹੋ ਤਾਂ ਇਸ ਰੂਪ 'ਚ ਕਰੋ ਵੀ ਉਹਨੂੰ ਆਪਾਂ ਇਲਾਜ ਕਰਾ ਸਕੀਏ। ਉਹਦੇ ਵਾਸਤੇ ਸਿਰਫ ਤੁਹਾਡਾ 2-4 ਘੰਟਿਆਂ ਦਾ ਸਮਾਂ ਹੀ ਲੱਗੂਗਾ, ਸਾਡੇ ਕੋਲ ਲੈ ਕੇ ਆ ਜਾਓ, ਉਹਨਾਂ ਦੇ ਪਰਿਵਾਰ ਦੇ 1-2 ਮੈਂਬਰ ਨੂੰ ਨਾਲ ਲੈ ਆਓ, ਮਰੀਜ਼ ਨੂੰ ਲੈ ਆਓ ਬੰਨ ਕੇ ਨਾਲ, ਚਾਹੇ ਅਸੀਂ ਆਪੇ ਇੱਥੇ ਆਏ ਨੂੰ ਸੈੱਟ ਕਰ ਲਵਾਂਗੇ। ਪਰ ਆਹ ਹਾਲਾਤ ਨਾ ਕਰੋ ਵੀ ਮੁੜ ਕੇ ਕਿਸੇ ਕੰਮ ਦਾ ਹੀ ਨਾ ਰਹੇ ਵਿਚਾਰਾ ਗਰੀਬ ਦਾ ਪੁੱਤ। ਆ ਵੀਰੇ ਦੇਖੋ ਕਿੱਡਾ ਬਾਈ ਹੋਣੀ ਵਿਚਾਰੇ, ਹੈਨਾ, ਆ ਮੱਝਾਂ ਵਾਲਾ ਸੰਗਲ ਬੰਨੀ ਫਿਰਦੇ ਲੈ, ਉਹਨਾਂ ਜਿੰਦਾ ਲਾ ਕੇ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਇੱਥੇ, ਤੇ ਫਿਰ ਕੀ ਕਰੂ ਬੰਦਾ। ਪਰ ਹੱਲ ਆ ਇਸ ਚੀਜ਼ ਦਾ, ਹੁਣ ਇਹ ਵੀਰੇ ਹੁਣੀ ਇੱਥੇ ਆ ਗਏ ਆ, ਜੇ ਇਹ ਪਰਿਵਾਰ ਸਾਡੇ ਨਾਲ ਰਲ ਕੇ ਸਪੋਰਟ ਕਰੇ, ਇਹ ਵਿਨੋਦ ਕੁਮਾਰ ਇੱਥੇ ਸਾਡੇ ਕੋਲ ਰਹਿਣ ਨਾਲ, 1-2 ਮੈਂਬਰ ਇਹਨਾਂ ਦੇ ਰਹਿ ਪੈਣ, 10-15 ਦਿਨ ਆਪਾਂ ਇਹਨਾਂ ਦੀ ਦਵਾਈ ਸਟਾਰਟ ਕਰਾਈਏ, ਇਹਨੇ ਵੀਰੇ ਨੇ ਨੋਰਮਲ ਹੋਣਾ ਸ਼ੁਰੂ ਹੋ ਜਾਣਾ। ਹੁਣ ਇਹਦੀ ਇੱਕ ਅੱਖ 'ਚ ਵੀ ਪਤਾ ਨਹੀਂ ਕੋਈ ਸੱਟ ਲੱਗੀ ਫਿਰਦੀ, ਅੱਖ ਦੇਖੋ ਕਿਵੇਂ ਹੋਈ ਪਈ ਹੈ ਜੀ, ਅੱਖ ਦਾ ਵੀ ਟ੍ਰੀਟਮੈਂਟ ਨਾ ਹੋਇਆ ਅੱਖ ਖਰਾਬ ਹੋ ਜਾਣੀ ਹੈ। ਨਾਲੇ ਮੈਂ ਕਿਹਾ ਤੇਰੀ ਅੱਖ ਦੀ ਫੋਟੋ ਦਿਖਾਵਾਂ ਕਿ ਤੇਰੀ ਕਿਹੋ ਜਿਹੀ ਪਈ ਆ, ਕੁਛ ਕਿਉਂ ਨੀ ਹੋਇਆ ਨਾ, ਅੱਖ ਖਰਾਬ ਹੋ ਜਾਣੀ ਤੇਰੀ, ਨਹੀਂ ਤਾਂ ਤੇ ਉਹ ਤੀਜਾ ਭਾਈ ਸਾਹਿਬ ਕਿੱਧਰ ਚਲਾ ਗਿਆ? ਹਾਂਜੀ ਹਾਂ ਭਾਈ ਤੂੰ ਠੀਕ ਆ? ਅਲਾ ਦੇ ਭੋਰਾ, ਜੰਮੂ ਵਾਲਿਆਂ ਨੂੰ ਵੀ ਠੰਡ ਲੱਗੀ ਜਾਂਦੀ, ਬਰਫ਼ 'ਚ ਰਹਿੰਦੇ ਤੁਸੀਂ ਤਾਂ, ਇਸ ਰੱਖਦੇ ਹਾਂ ਕੀ ਕੱਲਾ ਖੜਾ ਹੋ, ਖੜਾ ਹੋ, ਖੜਾ ਕੀ ਹਾਲ ਨੇ? ਠੀਕ ਆ। ਇਹ ਬਾਈ ਨੂੰ ਪਿਛਲੀ ਕੈਂਪ 'ਚ ਤੁਸੀਂ ਦੇਖਿਆ ਹੋਊਗਾ, ਪਿਛਲੇ ਕੈਂਪ 'ਚ ਵੀਰੇ ਹੁਣੇ ਜੰਮੂ ਤੋਂ ਲੈ ਕੇ ਆਏ ਸੀ, ਸਰਪੰਚ ਸਾਹਿਬ ਨੇ ਇਹਨਾਂ ਦੇ ਪਿੰਡ ਦੇ ਹੀ, ਇਹ ਇਹਨਾਂ ਦਾ ਭਰਾ ਵਾ ਜਸਪਾਲ, ਤੇ ਤੁਹਾਡਾ ਨਾਂ ਕੀ ਆ? ਸਤਪਾਲ। ਇਹ ਜਸਪਾਲ ਆ, ਜਸਪਾਲ ਹਨਾ, ਤੇ ਅੱਜ ਜਸਪਾਲ ਦੀ ਤੁਸੀਂ ਦੇਖੋ 15 ਦਿਨਾਂ ਦੇ ਵਿੱਚ ਹੀ ਯਾਨੀ ਕਿ ਕਿੰਨੀ ਤਬਦੀਲੀ ਆ ਗਈ ਹਨਾ, ਤੇ ਇਹੀ ਵੀਰਾ ਜੀ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਦੀ, ਇਹਨੇ ਨੋਰਮਲ ਤਰੀਕੇ ਨਾਲ ਜ਼ਿੰਦਗੀ ਜਿਉਣ ਜੋਗਾ ਹੋਰ 15 ਦਿਨਾਂ 'ਚ ਹੋ ਜਾਣਾ ਵਾ। ਜਦੋਂ ਆਪਾਂ ਉਪਰਾਲਾ ਕਰਦੇ ਹਾਂ ਨਾ, ਜਦੋਂ ਆਪਾਂ ਬਾਂਹ ਫੜਦੇ ਹਾਂ ਕਿਸੇ ਦੀ ਤਾਂ ਉਹ ਵੀ ਸਾਥ ਦਿੰਦਾ ਉੱਪਰ ਵਾਲਾ। ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਸੜਕ ਤੋਂ ਚੱਕ ਕੇ ਲਿਆਂਦਾ, ਉਹਦੇ ਭਰਾ ਨੂੰ ਮਨਾਇਆ ਪਹਿਲਾਂ ਦਾ ਸਰਪੰਚ ਸਾਹਿਬ ਉਹਨਾਂ ਨੇ, ਵੀਰੇ ਉਹਨਾਂ ਨੇ ਇਹਨੂੰ ਸਮਝਾ ਕੇ ਨਾਲ ਲਿਆਏ ਵੀ ਕੋਈ ਨਾ ਤੂੰ ਨਾਲ ਚੱਲ, ਕਿਉਂਕਿ ਨਹੀਂ ਤਾਂ ਇੰਨੇ ਸਾਲਾਂ ਦਾ
ਇਹਨਾਂ ਤੋਂ ਵੀ ਦੂਰ ਸੀਗਾ, ਇਹ ਵੀ ਨਹੀਂ ਸੀ ਸਾਹਮਣੇ। ਤੇ ਹੁਣ ਵੀਰਾ ਇੱਥੇ ਉਦਣ ਇਹਦਾ ਭਰਾ ਨਾਲ ਰਿਹਾ ਹੋਇਆ, ਇੰਨੇ ਨਾਲ ਹੀ ਉਹਨੂੰ ਜਸ਼ਪਾਲ ਨੂੰ ਇੰਨੀ ਸਪੋਰਟ ਨਾਲ ਹੀ ਦੁਨੀਆਦਾਰੀ ਦੀ ਸਮਝ ਆ ਗਈ ਆ। ਅੱਜ ਸਰਪੰਚ ਸਾਹਿਬ ਕਹਿੰਦੇ ਜਾਣਾ ਇਹਨਾਂ ਨੇ, ਹਨਾ ਠੀਕ ਹੈ, ਕੋਈ ਗੱਲ ਨੀ, ਕੋਈ ਗੱਲ ਨੀ ਬਾਈ, ਤੁਸੀਂ ਤੁਹਾਡੇ ਨਾਲ ਨਾ ਫਿਕਰ ਨਾ ਕਰੋ, ਬਿਲਕੁਲ ਠੀਕ ਹੋ ਜਾਣਾ ਉਹਨੇ, ਠੀਕ ਹੈ ਜੀ, ਫਿਰ ਚਲੋ ਅਸੀਂ ਤਾਂ ਪਤਾ ਲੈਣਗੇ। ਹਾਂ ਤੁਸੀਂ ਘਬਰਾਓ ਨਾ, ਇਹਨੂੰ ਅਸੀਂ ਕਰਦੇ ਤੁਹਾਡੇ ਨਾਲ ਗੱਲ, ਕੋਈ ਨੀ ਸਰਪੰਚ ਕਰਦੇ, ਠੀਕ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕਿਵੇਂ ਆ ਜੀ ਹੁਣੇ? ਅੱਛਾ ਕੀ ਹੋਇਆ ਜੀ? ਅੱਛਾ ਜੀ, ਅੱਛਾ ਅੱਛਾ, ਉਹਦਾ ਸਰੀਰ ਸੁੱਕ ਗਿਆ ਨਾ, ਕਈ ਜਗ੍ਹਾ ਤੇ ਲੈ ਗਿਆ ਜੀ, ਕੋਈ ਨੀ ਮਤਲਬ ਜਵਾਬ ਦੇ ਦਿੰਦੇ ਵੀ ਕੋਈ ਇਲਾਜ ਨਹੀਂ। ਦੇਖੋ ਜੀ, ਬਾਹਾਂ ਮੇਰੇ ਗੁੱਠੇ ਵਰਗੀਆਂ ਹੋ ਗਈਆਂ। ਕਿੱਥੋਂ ਆਏ ਤੁਸੀਂ? ਸੁਨਾਮਪੁਰ ਆਏ, ਪਿੰਡ ਚੱਠਾ ਨਹਿੜਾ। ਪਿੰਡ ਚੱਠਾ ਨਹਿੜਾ ਜੀ, ਚੱਠਾ ਨਹਿੜਾ, ਸੁਨਾਮਪੁਰ 12 ਕਿਲੋਮੀਟਰ ਜੀ। ਕੀ ਨਾਂ ਇਹਦਾ? ਆਸ਼ੂ ਸਿੰਘ ਜੀ। ਆਸ਼ੂ, ਘਰੇ ਤੁਸੀਂ ਕੀ ਕਹਿੰਦੇ ਨੂੰ? ਆਸ਼ੂ, ਹਾਂ ਜੀ ਆਸ਼ੂ। ਮੁੰਡਾ ਵਾ? ਹਾਂ ਜੀ। ਓਏ ਆਸ਼ੂ, ਓਏ ਆਸ਼ੂ, ਟੌਫੀ ਖਾਣੀ ਆ? ਆਸ਼ੂ ਖਾਣੀ ਟੌਫੀ? ਲੈ ਲਾ, ਲੈ ਲਾ ਯਾਰ। ਖਾਂਦਾ ਪੀਂਦਾ ਕੀ ਆ ਜੀ ਫਿਰ? ਕੁੜੀ ਬਹੁਤ ਰੋਟੀ ਖਾਂਦਾ ਜੀ, ਹੁਣ ਘੱਟ ਰਿਹਾ ਰੋਟੀ ਪਹਿਲਾਂ ਨਾਲ। ਸਤਨਾਮ ਕੋ ਬੱਚਾ ਕਿਤੇ ਤੇ ਪੋਟੀ ਵਾਲਾ ਰਸਤਾ ਹੈ ਨਹੀਂ ਜੀ, ਰਾਤ ਮਿਲਿਆ ਸੀ, ਅੰਦਰ ਦੇਖੇ ਤੇ ਪਤਾ ਕਰ। ਨਹੀਂ ਫਿਰ ਕੀ ਕੀ ਪਿਉਂਦੇ ਆ? ਦੁੱਧ ਪੀਂਦਾ ਜੀ ਇੱਕ ਤਾਂ, ਹਾਂ ਰੋਟੀ ਥੋੜੀ ਬਹੁਤੀ ਖਾਂਦਾ ਜੀ। ਕਿੰਨੇ ਸਾਲਾਂ ਦਾ ਹੋ ਗਿਆ? 4.5 ਸਾਲ ਦਾ ਜੀ। ਪਹਿਲਾਂ ਬਿਲਕੁਲ ਸਹੀ ਸੀਗਾ ਜੀ, ਦੁੱਧ ਪਹਿਲਾਂ। ਸਿਰ ਸੱਟ ਲੱਗੀ ਜੀ ਢਿੱਗੇ? ਹਾਂ ਮੇਰੇ ਡਿੱਕੇ, ਮਤਲਬ ਸੱਟ ਤਾਂ ਡਾਕਟਰ ਕਹਿੰਦੇ ਨਹੀਂ ਜੀ, ਮਤਲਬ ਚੰਡੀਗੜ੍ਹ PGI 'ਚ ਵੀ ਦਸ ਰੱਖਿਆ ਜੀ ਹਫ਼ਤਾ ਉਹਨਾਂ ਨੇ, ਟੈਸਟ ਟੁਸਟ ਕੀਤੇ ਜੀ, ਉਦੋਂ ਬਾਅਦ ਉਹ ਕਹਿੰਦੇ ਵੀ ਇਹਦੇ ਮਤਲਬ ਖਸਰੇ ਦਾ ਵਾਇਰਸ ਮੇਰੇ ਅੰਦਰ ਬ੍ਰੇਨ 'ਚ ਵੱਗ ਗਿਆ ਜੀ, ਇਹਦਾ ਇਲਾਜ ਨਹੀਂ ਹੈ ਜੀ। ਪੂਰੀ ਚੈੱਕਅਪ ਕਰਾ ਲਿਆ ਜੀ, ਚੈੱਕਅਪ ਕਰਾ ਲਿਆ ਜੀ। ਕੀ ਕਹਿੰਦੇ ਇੱਥੇ ਇੱਥੇ ਡਾਕਟਰਾਂ ਨੇ ਕੀ ਕਿਹਾ? ਉਹਨਾਂ ਨੇ ਵੀ ਦੇਖ ਕੇ ਮਤਲਬ ਇਹੀ ਕਿਹਾ ਜੀ ਵੀ ਕੋਈ ਇਹਦਾ ਇਲਾਜ ਤਾਂ ਵੈਸੇ ਨਹੀਂ ਹੋਈ, ਦਵਾਈ ਲਿਖੀ ਉਹਨਾਂ ਨੇ ਮਹੀਨੇ ਦੀ, ਅਤੇ ਮਤਲਬ ਦੇਖ ਕੇ ਕਹਿੰਦੇ ਵੀ ਜੇ ਇਸ ਨੂੰ ਫਰਕ ਲੱਗਿਆ ਤਾਂ ਮਤਲਬ ਦਵਾਈ ਮਹੀਨੇ ਬਾਅਦ ਦਿਖਾ ਦਿੰਦੇ। ਓਏ ਆਸ਼ੂ, ਓਏ ਆਸ਼ੂ, ਓਏ ਖੜਾ ਹੋ, ਓਏ ਆਸ਼ੂ, ਖੜਾ ਹੋ ਜਾ। ਆਸ਼ੂ ਤੁਰਨਾ ਆਪਾਂ, ਤੁਰ ਪਾ ਯਾਰ ਆਸ਼ੂ, ਤੁਰ ਪਾ ਯਾਰ ਆਸ਼ੂ, ਹੈਂ ਆਸ਼ੂ, ਜਾਣੀ ਕਿਹੜਾ ਸਰੀਰ ਐਂ ਖੜਦਾ ਨੀ ਹੈ। ਜਿਵੇਂ ਉਹਨੇ ਲੱਤ ਤੇ ਭਾਰ ਤਾਂ ਪਾਉਂਦਾ ਵਾ ਪੂਰਾ। ਪਹਿਲਾਂ ਇਦਾਂ ਸੀਗਾ ਜੀ, ਬਿਲਕੁਲ ਨਖਰੇ ਹੋ ਗਏ। ਅੱਛਾ ਇਹਦੀ ਵੀਡੀਓ ਹੈ? ਵਿਆਹ ਜਿਹੜੇ ਚਾਚੇ ਦਾ ਵਿਆਹ ਸੀ, ਉਹ ਬਹੁਤ ਨੱਚਿਆ ਜੀ। ਲੈ ਭੰਗੜੇ ਪਾ ਰਿਹਾ ਪੂਰੇ ਆਸ਼ੂ ਦਾ। ਵਾਹਿਗੁਰੂ ਜੀ।
ਇਹ ਕਿੰਨੇ ਟਾਈਮ ਪੁਰਾਣੀ ਵੀਡੀਓ ਆ? ਇਹ ਮਤਲਬ ਫਰਵਰੀ ਚ ਵਿਆਹ ਸੀਗਾ ਜੀ, ਮੇਰੇ ਘਰ ਉਹਦੀ ਗਿਰਿਆ ਜੀ, ਬਸ ਹਫਤੇ ਬਾਅਦ ਵਿਆਹ ਤੋਂ ਬਾਅਦ। ਅੱਛਾ, ਫਰਵਰੀ ਦੀ ਵੀਡੀਓ ਹੈ। ਜੀ ਸਾਲ ਹੋ ਗਿਆ। ਖੁਰਾਕ ਖੁਰੂਕ ਡਾਕਟਰ ਨੇ ਦੱਸੀ ਹੋਈ ਹੈ ਕੋਈ ਇਹਨੂੰ ਦਿੱਤੀ ਹੋਈ ਆ? ਖੁਰਾਕ ਦਿੰਦੇ ਆ ਡੱਬਾ, ਹੈ ਨਾ, ਉਹ ਚੀਜ਼ ਦੇਣਾ ਇਹਨੂੰ ਦੁੱਧ ਦੇ ਵਿੱਚ, ਤੇ ਇਹਨੂੰ ਡਾਇਟ ਦਿਓ ਵੱਧ ਤੋਂ ਵੱਧ। ਇਹਦੀ ਇਸ ਬਿਮਾਰੀ ਨੇ ਇਹਨੇ ਆਪ ਹੀ ਲੜਨਾ ਅੰਦਰੋਂ, ਦਵਾਈਆਂ ਨੀ ਲੜ ਸਕਦੀਆਂ, ਇਹਨੂੰ ਆਪ ਲੜਨ ਜੋਗਾ ਕਰੀਏ ਆਪਾਂ ਵੀ ਲੜਨ। ਸਰੀਰ ਦੀ ਵੀਕਨੈਸ ਦੂਰ ਹੋ ਗਈ ਤਾਂ ਹੀ ਫੇਰ ਹੀ ਹੋਣਾ ਜੀ, ਹੈ ਨਾ। ਜਿੰਨਾ ਚਿਰ ਆਪਦਾ ਅੰਦਰੋਂ ਸਰੀਰ ਨਹੀਂ ਕੰਮ ਕਰਦਾ, ਇਮਿਊਨ ਸਿਸਟਮ ਤਕੜਾ ਨਹੀਂ ਹੁੰਦਾ, ਉਹਨਾਂ ਟਾਈਮ ਲੜੂ ਕਿਵੇਂ, ਹੈ ਨਾ। ਇਹਨੂੰ ਤਕੜਾ ਕਰਦੇ ਆਪਾਂ, ਮੈਂ ਕਰਦਾ ਗੱਲ ਡਾਕਟਰ ਨੂੰ, ਤੁਹਾਨੂੰ ਦਿੰਦੇ ਹਾਂ ਜੀ, ਹੈ ਨਾ, ਡੱਬੇ ਜੇ ਬਣਾ ਕੇ ਦਿੰਦੇ ਹਾਂ, ਉਹ ਨਿਊਟ੍ਰੀਸ਼ਨ ਦੇ ਪੁੱਛਦਾ ਵਾ।